ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਵੀਡੀਓ ਨੂੰ ਤੁਸੀਂ ਬਿਨਾਂ ਲਗਾਏ ਸਾਰਾ ਐਂਡ ਤੱਕ ਦੇਖ ਲਓ। ਆਪਾਂ ਵੀਡੀਓ ਦੇ ਐਂਡ ਵਿੱਚ ਗੱਲਬਾਤ ਕਰਦੇ ਹਾਂ ਇਸ ਬਾਰੇ। ਸਰ ਦੱਸੋ 212 ਬਾਰੇ ਜੀ। 212 ਜੀ ਆਪਣੇ ਇੱਕ ਪਰਮਲ ਝੋਨੇ ਦੀ ਵਰਾਇਟੀ ਹੈ, ਠੀਕ ਹੈ, ਜੋ ਕਿ ਆਪਣੇ ਮਤਲਬ ਕਿ ਚੌਥੇ ਤੋਂ ਲੈ ਕੇ 5ਵਾਂ ਸਾਲ ਆਪਣਾ ਇੱਥੇ ਆਪਣੇ ਮਾਰਕੀਟ ਦੇ ਵਿੱਚ। ਠੀਕ ਹੈ, ਪੰਜਾਬ ਦੇ ਵਿੱਚ? ਪੰਜਾਬ ਦੇ ਵਿੱਚ, ਠੀਕ ਹੈ। ਪੰਜਾਬ ਅਤੇ ਹਰਿਆਣੇ ਦੇ ਵਿੱਚ ਵੀ ਚੱਲ ਰਹੀ ਹੈ ਜੀ ਇਸ ਟਾਈਮ ਇਹ, ਮਤਲਬ ਕਿ ਜੇ ਆਪਾਂ ਦੇਖੀਏ ਪੀਕ ਲੈਵਲ 'ਤੇ ਸਮੇਂ ਦੀ ਇਹ ਵਰਾਇਟੀ ਹੈ। ਇਹ ਵਰਾਇਟੀ ਕੁੱਲ ਆਪਣੇ 145 ਦਿਨ ਲੈਂਦੀ ਹੈ ਜੀ, ਠੀਕ ਹੈ, ਸੀਡ ਤੋਂ ਲੈ ਕੇ ਸੀਡ ਤੱਕ, ਠੀਕ ਹੈ, ਕਹਿੰਦੇ 145 ਦਿਨ। ਅਤੇ ਬਿਮਾਰੀ ਜਿਹੜੀ ਇਹਨੂੰ ਬਹੁਤ ਘੱਟ ਪਈ, ਜਿਵੇਂ ਝੁਲਸ ਰੋਗ ਆ ਜਾਂ ਫੰਗਸ ਦੀਆਂ ਕੁਛ ਬਿਮਾਰੀਆਂ ਉਹ ਬਹੁਤ ਘੱਟ ਲੱਗਦੀਆਂ ਜੀ, ਠੀਕ ਹੈ ਜੀ। ਇੱਕ ਇਹਦਾ ਮੇਨ ਕਰੈਕਟਰ ਹੈ ਜਿਹੜਾ ਕਿ ਜਿਵੇਂ ਆਮ ਕਈ ਵਰਾਇਟੀ ਆਪਾਂ ਦੇਖਦੇ ਹਾਂ, ਚਲੋ ਉਹ ਡਿੱਗ ਪੈਂਦੀ ਜਦੋਂ ਪੱਕਦੀਆਂ, ਪਰ ਇਸ ਵਰਾਇਟੀ ਦਾ ਮੇਨ ਕਰੈਕਟਰ ਹੈ ਕਿ ਇਹ ਡਿੱਗਦੀ ਬਿਲਕੁਲ ਨਹੀਂ ਜੀ, ਠੀਕ ਹੈ, ਠੀਕ ਹੈ। ਬਾਕੀ ਸੀਡ ਇਹਦਾ ਆਪਾਂ ਨੂੰ 4 ਤੋਂ ਲੈ ਕੇ 5 ਕਿਲੋ ਸੀਡ ਹੈ ਪਰ ਏਕੜ, ਆਪਾਂ ਨੂੰ ਪਨੀਰੀ ਲਾਉਣੀ ਪੈਂਦੀ ਹੈ ਜੀ। ਹਾਂ, ਪਨੀਰੀ ਲਾਉਣ ਵਾਸਤੇ। ਹਾਂ, ਬਾਕੀ ਹੋਰ ਜ਼ਿਮੀਂਦਾਰ ਜਿਵੇਂ ਅੱਡੋ ਅੱਡ ਆਪਣੇ ਵਿਊ ਦਿੰਦੇ ਆ ਜੀ, ਠੀਕ ਹੈ ਜੀ। ਝਾੜ ਦਾ ਕਿੱਥੋਂ ਤੱਕ ਤੁਹਾਨੂੰ ਅਜੇ ਤੱਕ ਐਸਟੀਮੇਟ ਹੋਇਆ ਜੀ? ਆਪਣਾ ਮਿਨੀਮਮ 85 ਤੋਂ ਲੈ ਕੇ ਮੈਕਸਿਮਮ ਆਪਾਂ 115 ਤੱਕ, 85 ਤੋਂ ਲੈ ਕੇ 115 ਮੰਨ ਤੱਕ ਝਾੜ ਜਿਹਦਾ ਹੁਣ ਤੱਕ ਆਪਾਂ ਦੇਖ ਚੁੱਕੇ, ਨੋਟ ਕੀਤਾ ਹੋਇਆ। ਹਾਂਜੀ, ਮੇਨ ਆਪਣੇ ਫਾਜ਼ਿਲਕਾ ਬੈਲਟ ਹੋ ਗਈ, ਮਾਨਸਾ, ਮੌੜ, ਬਰੇਟਾ, ਠੀਕ ਹੈ, ਇੱਧਰ ਆਪਾਂ ਲੈ ਲਈਏ ਫਰੀਦਕੋਟ ਕੋਟ, ਜਿਹੜੇ ਵੀ ਜਿਵੇਂ ਤੁਹਾਨੂੰ ਆਪਾਂ ਡੈਮੋ ਦਿਖਾਉਣੇ ਆ ਖੇਤ ਦੇ ਵਿੱਚ ਜਾ ਕੇ, ਤਾਂ ਉਹ ਕੋਈ ਵੀ ਇਹਦੇ ਵਿੱਚ ਆਪਾਂ ਕਹਿ ਸਕੀਏ ਵੀ ਜੋ ਆਪਾਂ ਵੀਕ ਪੁਆਇੰਟ ਆ ਉਹ ਨਹੀਂ ਲੱਭ ਪਾਉਂਦਾ ਜੀ, ਠੀਕ ਹੈ ਜੀ। ਇਸ ਸਮੇਂ ਪੂਰੀ ਕਿਸਾਨਾਂ ਦੇ ਵਿੱਚ ਪੂਰੀ ਪ੍ਰਫੁੱਲਤ ਹੋ ਚੁੱਕੀ ਹੈ ਜੀ ਇਹ, ਠੀਕ ਹੈ ਜੀ। ਪਰ ਇਹਨੂੰ ਯੂਨੀਵਰਸਿਟੀ ਵੱਲੋਂ ਕਿਉਂ ਤੋਂ ਨਹੀਂ ਹੈਂਡਲ ਕੀਤਾ ਜਾ ਰਿਹਾ? ਅੱਛਾ, ਉਹਦੇ ਕਈ ਕਾਰਨ ਹੋਰ ਵੀ ਹੋ ਸਕਦੇ ਜੀ, ਠੀਕ ਹੈ, ਕਿਉਂਕਿ ਇਹ ਰਿਸਰਚ ਵੈਰਾਇਟੀ ਹੈ ਇੱਕ, ਠੀਕ ਹੈ, ਰਿਸਰਚ ਲੈਵਲ ਦੀ ਹੈ, ਹਾਂ, ਰਿਸਰਚ ਲੈਵਲ ਦੇ ਵੈਰਾਇਟੀ ਹੈ। ਬਾਕੀ ਆਪਾਂ 100% ਦਾ ਕਿਸਾਨਾਂ ਵੱਲੋਂ ਕੀ ਰਿਸਪੌਂਸ ਆ ਜੀ? ਕਿਸਾਨਾਂ ਵੱਲੋਂ 100% ਬੈਸਟ ਰਿਸਪੌਂਸ ਆਉਂਦਾ ਜੀ। ਬਾਕੀ ਪਰਮਲ ਵੈਰਾਇਟੀਆਂ ਨਾਲੋਂ ਇਹਦੇ ਦਾਣਿਆਂ ਵਿੱਚ ਕੀ ਫਰਕ ਹੈ? ਦਾਣੇ ਦੀ ਸ਼ਾਈਨਿੰਗ ਵੱਧ ਹੈ ਜੀ, ਹਾਂ, ਠੀਕ ਹੈ ਜੀ। ਆਪਾਂ ਸ਼ੈਲਰ ਲੈਵਲ ਦੇ ਜਿਹੜਾ ਆਪਾਂ ਵੇਟ ਕਰਦੇ ਹਾਂ ਕੁਆਂਟਲ ਮਗਰ ਕਿੰਨਾ ਨਿਕਲਦਾ ਹੈ? ਗ੍ਰੇਨ ਵੀਟੇ ਦਾ ਥੋੜਾ ਜਿਹਾ ਜ਼ਿਆਦਾ ਜੀ ਆਪਣਾ, ਜਿਵੇਂ ਆਮ ਆਪਾਂ ਇੱਕ ਬੋਰੀ ਭਰਦੀ ਹੈ ਦੂਜੇ ਝੋਨੇ ਦੀ, ਤਾਂ ਇਹਦੀ ਕੁਛ ਗਿੱਠ ਤੱਕ ਨੀਵੀਂ ਰਹਿੰਦੀ ਹੈ ਜੀ, ਠੀਕ ਹੈ। ਗ੍ਰੇਨ ਵੀਟ ਜ਼ਿਆਦਾ ਹੋਣ ਕਰਕੇ ਆਪਾਂ ਨੂੰ ਤਾਂ ਮੈਕਸਿਮਮ ਝਾੜ ਜਿਹੜਾ ਉਹ ਮਿਲਦਾ ਖੇਤ ਤੇ। ਡਿੱਗਣ ਦੀ ਸ਼ਿਕਾਇਤ ਹੌਪਰ ਦੀ? ਡਿੱਗਣ ਦੀ ਸ਼ਿਕਾਇਤ ਬਿਲਕੁਲ ਨਹੀਂ ਜੀ, ਹੌਪਰ ਬਹੁਤ ਘੱਟ ਪੈਂਦਾ। ਹਾਂ, ਆਪਣਾ ਜੇ ਸ਼ੀਟ ਪਲੈਟ ਜਾਂ ਫੰਗਸ ਦੇ ਹੋਰ ਰੋਗ ਦੇਖੀਏ, ਹਾਂ, ਉਹ ਬਹੁਤ ਜ਼ਿਆਦਾ ਘੱਟ ਆਉਂਦੇ ਜੀ ਆਮ ਰੇਟਿੰਗ ਦੇ ਮੁਕਾਬਲੇ, ਠੀਕ ਹੈ ਜੀ। ਤੇ ਹਾਈਟ ਬਹੁਤ ਵਧੀਆ ਕਰ ਜਾਂਦਾ, ਪਰ ਜਿਹੜਾ ਮੇਨ ਕਰੈਕਟਰ ਦਾ ਮੇਨ ਹੈ ਵੀ ਡਿੱਗਦਾ ਬਿਲਕੁਲ ਨਹੀਂ ਜੀ, ਠੀਕ ਹੈ। ਅਗਰ ਕੋਈ ਕਿਸਾਨ ਵੀ ਉੱਥੋਂ ਲੈਣਾ ਚਾਹੁੰਦਾ ਤਾਂ ਤੁਸੀਂ ਕਿੱਥੋਂ ਤੁਹਾਡੀ ਮੇਨ ਮਾਰਕੀਟ ਸ਼ੁਰੂ ਹੁੰਦੀ ਹੈ ਤੇ ਕਿਹੜਾ ਤੁਹਾਡਾ ਮੋਬਾਈਲ ਨੰਬਰ, ਉਹ ਬੋਲੋ ਜੀ। ਮੇਨ ਇਹ ਜੀ ਆਪਣਾ ਪੰਜਾਬ ਸੀਡ ਕੰਪਨੀ ਗਿੱਦੜਵਾਹਾ ਦਾ ਸੀਡ ਹੈ ਜੀ, ਉਹਨਾਂ ਵੱਲੋਂ ਰਿਸਰਚ ਕੀਤਾ ਗਿਆ, ਠੀਕ ਹੈ ਜੀ, ਠੀਕ ਹੈ, ਤੇ ਉੱਥੋਂ ਹੀ ਅਵੇਲੇਬਲ, ਠੀਕ ਹੈ। ਆਮ ਅਸੀਂ ਕਈ ਵਾਰ ਦੇਖਿਆ ਹੈਗਾ ਜਿਵੇਂ ਹੋਰ ਕਿਸੇ ਕੰਪਨੀ ਨੇ ਆਪਦਾ ਤਿਆਰ ਕਰਕੇ ਜ਼ਿਮੀਂਦਾਰਾਂ ਨੂੰ ਦਿੱਤਾ, ਕਿਉਂਕਿ ਰੇਟ ਵਧੀਆ ਤੇ ਮਤਲਬ ਕਿ ਹੋ ਰਿਹਾ ਜੀ ਸੇਲ, ਤਾਂ ਇਸ ਚੀਜ਼ ਨੂੰ ਦੇਖਦੇ ਹੋਏ ਉਹਨਾਂ ਨੇ ਹੋਰ ਸੀਡ ਦੇਤਾ, ਜਿਹਦੇ ਕਰਕੇ ਕਿ ਲੋਕਾਂ ਨੂੰ ਕਾਫੀ ਲੌਸ ਚੱਲਣਾ ਪਿਆ, ਉਹਨਾਂ ਨੇ 212 ਕਰਕੇ ਕੋਈ ਹੋਰ ਵੈਰਾਇਟੀ ਜਾਂ ਹੋ ਸਕਦਾ ਦੇਤੀ ਹੋਵੇ, ਉਹਦੇ ਕਰਕੇ ਆਪਾਂ ਨੂੰ ਲੌਸ ਚੱਲਣਾ ਪਿਆ ਜੀ ਇਹਦਾ, ਠੀਕ ਹੈ। ਪਰ ਜ਼ਿਮੀਂਦਾਰਾਂ ਨੂੰ ਇਹੀ ਸਲਾਹ ਕਿ ਪੰਜਾਬ ਸੀਡ ਕੰਪਨੀ ਗਿੱਦੜਵਾਹਾ ਦਾ ਬੀਜ ਲਓ, ਠੀਕ ਹੈ, ਜੋ ਕਿ ਆਪਣਾ 100% ਬੈਸਟ ਰਿਜ਼ਲਟ ਤੁਹਾਨੂੰ ਦੇਵੇਗਾ ਜੀ। ਹਾਂ, ਬਿੱਲ ਜ਼ਰੂਰ ਲੈਣ ਕਿਸਾਨ ਵੀ, ਜਿੱਥੋਂ ਵੀ ਲੈਣ, ਜਿੱਥੋਂ ਵੀ ਲੈਣ। ਹਾਂ, ਤੇ ਤੁਹਾਡਾ ਮੋਬਾਈਲ ਨੰਬਰ ਬੋਲ ਦੇ। ਮੋਬਾਈਲ ਨੰਬਰ ਹੈ ਜੀ ਆਪਣੇ ਡਾਕਟਰ ਸੁਖਰਾਜ ਸਿੰਘ ਰਾਜਾ, 98-726-10-290, ਰਣਜੀਤ ਸਿੰਘ 94-174-16-372, ਬਾਕੀ ਮੇਰਾ ਨੰਬਰ ਹੈ ਜੀ 97-84-99-622, ਠੀਕ ਹੈ। ਥੈਂਕ ਯੂ ਸਰ, ਬਹੁਤ ਬਹੁਤ ਧੰਨਵਾਦ, ਕੰਟੈਕਟ ਕਰ ਸਕਦੇ ਹੋ, ਠੀਕ ਹੈ, ਧੰਨਵਾਦ ਸਰ। ਹਾਂਜੀ ਕਿਸਾਨ ਵੀਰੋ, ਜੇਕਰ ਕੋਈ ਵੀ ਸਵਾਲ 212 ਝੋਨੇ ਦੇ ਬਾਰੇ ਹਜੇ ਵੀ ਕੋਈ ਦਿਮਾਗ ਦੇ ਵਿੱਚ ਬਚਿਆ ਹੋਇਆ ਤਾਂ ਨੀਚੇ ਕਮੈਂਟ 'ਚ ਕਰ ਸਕਦੇ ਹੋ। ਜਿਹੜੇ ਕਿਸਾਨ ਵੀਰ ਪਹਿਲੀ ਵਾਰ ਵੀਡੀਓ ਦੇਖ ਰਿਹਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਨਾ, ਅਤੇ ਨਾਲ ਜਿਹੜਾ ਦਿੱਤਾ ਹੋਇਆ ਬੈੱਲ ਆਈਕਾਨ ਉਹਨੂੰ ਵੀ ਕਲਿੱਕ ਕਰ ਲਿਓ, ਕਿਉਂਕਿ ਹਰ ਰੋਜ਼ ਨਵੀਂ ਨਵੀਂ ਵੀਡੀਓ ਖੇਤੀਬਾੜੀ ਦੀਆਂ ਪਾਉਂਦੇ ਰਹਿੰਦੇ ਹਾਂ। ਅਤੇ ਇਸ ਤੋਂ ਨੈਕਸਟ ਵੀਡੀਓ ਜਿਹੜੀ ਪਾ ਰਹੇ ਹਾਂ ਪਰਮਲ 127 ਝੋਨਾ ਜਿਹੜਾ ਯੂਨੀਵਰਸਿਟੀ ਨੇ 2018 ਦੇ ਵਿੱਚ ਇਸ ਵਾਰ ਲਾਂਚ ਕੀਤਾ ਹੈ, ਉਹਦੇ ਵਿੱਚ ਕਿਹੜੀਆਂ ਗੱਲਾਂ ਖਾਸ ਆ ਉਹ ਜ਼ਰੂਰ ਉਸ ਵੀਡੀਓ 'ਚ ਆਪਾਂ ਦੱਸਾਂਗੇ, ਅਤੇ ਹੋਰ ਕਿਸਾਨ ਵੀਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰ ਲਿਓ। ਧੰਨਵਾਦ ਜੀ।